ਕੰਮ ਦੀ ਬਹੁਤ ਚੀਜ਼ ਆ। ਕੋਈ ਕੇਬਲ ਖਰਾਬ ਹੋਵੇ, ਕਿਤੋਂ ਤਾਰ ਖਰਾਬ ਹੋਵੇ, ਆਪਾਂ ਨੂੰ ਜੋ ਸਿੱਟਣੀ ਪੈਂਦੀ ਆ ਇਹ ਮਿੰਟੋ ਮਿੰਟ ਹੀ ਦੱਸ ਦਿੰਦੀ ਆ ਵੀ ਕਿੱਥੋਂ ਖਰਾਬ ਆ। ਹਾਂ, ਜਿਵੇਂ ਆਪਾਂ ਤਾਰ ਦੇ ਨੇੜੇ ਕਰਾਂਗੇ ਇਹ ਜਗਦਾ ਜਾਵੇਗਾ। ਜਿੱਥੋਂ ਤੱਕ ਤਾਰ ਤੁਹਾਡੀ ਸਹੀ ਹੋਈ ਉੱਥੋਂ ਤੱਕ ਇਹ ਜਗੇਗਾ, ਜਿੱਥੇ ਤਾਰ ਦੇ ਵਿੱਚ ਫਾਲਟ ਹੋਇਆ ਉੱਥੇ ਹੀ ਇਹਨੇ ਬੰਦ ਹੋ ਜਾਣਾ। ਚਾਹੇ ਤੁਹਾਡੇ ਕੋਲ ਇਹ 1000 ਫੁੱਟ ਦੀ ਕੇਬਲ ਆ, ਤੁਸੀਂ ਕਰਨਾ ਕੀ ਆ, ਇਹਦੇ ਉੱਪਰ ਹੀ ਇਸ ਤਰ੍ਹਾਂ ਲੈ ਕੇ ਜਾਣਾ ਇਹਨੂੰ। ਆਹ ਦੇਖਿਓ, ਬਸ ਐਂ ਲਈ ਜਾਣਾ। ਇੱਥੋਂ ਮੈਂ ਕੇਬਲ ਕੱਟ ਦਿੱਤੀ ਆ, ਦੇਖਿਓ ਤੁਸੀਂ, ਅਤੇ ਇਹਨੇ ਇੱਥੇ ਬੰਦ ਹੋ ਜਾਣਾ। ਇਸ ਤੋਂ ਅੱਗੇ ਆ ਦੇਖਿਓ, ਨਹੀਂ ਚੱਲਦਾ ਪਿਆ ਕਿਉਂਕਿ ਇਸ ਕੇਬਲ ਨੂੰ ਫੇਜ ਨਹੀਂ ਮਿਲਦਾ। ਜਿੱਥੋਂ ਤੱਕ ਬਿਜਲੀ ਦਾ ਫੇਜ ਇਸ ਨੂੰ ਮਿਲੇਗਾ ਕੇਬਲ ਨੂੰ, ਉੱਥੋਂ ਤੱਕ ਇਹ ਸਿਗਨਲ ਦੇਵੇਗਾ ਆਪਾਂ ਨੂੰ ਕਿ ਇਸ ਵਿੱਚ ਕੋਈ ਕਰੰਟ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਜਿਵੇਂ ਮਰਜ਼ੀ ਤੁਸੀਂ ਇਸ ਨੂੰ ਹੱਥ ਲਗਾਈ ਜਾਓ। ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਛੋਟਾ ਜਿਹਾ ਪੁਰਜਾ ਤਿਆਰ ਕੀਤਾ ਜੀ, ਜੋ ਕਿ ਬਿਜਲੀ ਦੀ ਲਾਈਨ ਨੂੰ ਦੱਸੇਗਾ ਕਿ ਇਸ ਵਿੱਚ ਬਿਜਲੀ ਆਉਂਦੀ ਆ ਜਾਂ ਨਹੀਂ ਆਉਂਦੀ ਬਗੈਰ ਟੱਚ ਕੀਤਿਆਂ, ਕਿਉਂਕਿ ਇਹ ਵਾਲਾ ਜੋ ਪੁਰਜਾ ਇਹ ਹਰ ਘਰ ਦੇ ਵਿੱਚ ਜਾਂ ਉਹਨਾਂ ਲੋਕਾਂ ਵਾਸਤੇ ਜੋ ਬਿਜਲੀ ਦਾ ਕੰਮ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਵਾ। ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਕੋਈ ਨਵੀਂ ਕਾਢ ਨਹੀਂ, ਕੋਈ ਨਵਾਂ ਪੁਰਜਾ ਨਹੀਂ ਕਿ ਮੈਂ ਹੀ ਤਿਆਰ ਕੀਤਾ, ਇਸ ਤੋਂ ਪਹਿਲਾਂ ਕਾਫੀ ਲੋਕਾਂ ਨੇ ਤਿਆਰ ਕੀਤਾ। ਲੇਕਿਨ ਇਹਦੇ ਵਿੱਚ ਕੀ ਆ ਕਿ ਇਹ ਬਿਲਕੁਲ ਵੱਧ ਤੋਂ ਵੱਧ ਤੁਸੀਂ 20 ਰੁਪਏ ਦੇ ਵਿੱਚ ਤਿਆਰ ਕਰ ਸਕਦੇ ਆ, ਸਿਰਫ 20 ਰੁਪਏ ਦੇ ਵਿੱਚ। ਅਤੇ ਜਿੰਨੇ ਵੀ ਬਿਜਲੀ ਵਾਲੇ ਮਿਸਤਰੀ ਆ ਅਤੇ ਜਾਂ ਮਤਲਬ ਕਿ ਕਈ ਲੋਕ ਸ਼ੌਂਕ ਰੱਖਦੇ ਆ ਬਿਜਲੀ ਦਾ, ਉਹਨਾਂ ਵਾਸਤੇ ਬਹੁਤ ਵਧੀਆ। ਇਹਦਾ ਕੰਮ ਕੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ, ਹੁਣੇ ਦਿਖਾਉਣਾ। ਅਤੇ ਇਹਨੂੰ ਬਣਾਉਣ ਦਾ ਤਰੀਕਾ, ਮੈਂ ਇਹਦੀ ਇੱਕ ਛੋਟੀ ਜਿਹੀ ਡਰਾਇੰਗ ਬਣਾਈ ਆ, ਆਹ ਦੇਖੋ ਤੁਸੀਂ ਛੋਟੀ ਡਰਾਇੰਗ। ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਕੋਈ ਵੀ ਇਸ ਵਿੱਚ ਰਜਿਸਟੈਂਸ ਨਹੀਂ, ਕੋਈ ਕੰਪੈਸਟਰ ਨਹੀਂ, ਬਿਲਕੁਲ ਸਿੰਪਲ ਇਹ ਹੈਗਾ, ਸਿੰਪਲ ਹੈਗਾ। ਇਹਦਾ ਕੰਮ ਕੀ ਆ, ਇਹਦਾ ਕੰਮ ਇਹ ਆ ਕਿ ਆਪਣੀ ਕੇਬਲ ਕਈ ਵਾਰੀ ਖਰਾਬ ਹੋ ਜਾਂਦੀ ਆ, ਖੇਤਾਂ ਵਾਲੀ ਕੇਬਲ ਜਾਂ ਆਪਣੇ ਘਰਾਂ ਦੇ ਵਿੱਚ ਜਾਂ ਕੋਈ ਤਾਰ, ਆਪਾਂ ਨੂੰ ਤਾਰ ਕੱਟ ਕੇ ਸੁੱਟਣੀ ਪੈਂਦੀ ਆ। ਲੇਕਿਨ ਜੇ ਤੁਸੀਂ ਇਹ 20 ਰੁਪਏ ਲਗਾ ਕੇ ਇਹ ਵਾਲਾ ਡਿਵਾਈਸ ਤਿਆਰ ਕਰ ਲੈਂਦੇ ਹੋ ਤਾਂ ਤੁਹਾਨੂੰ ਤਾਰ ਸੁੱਟਣ ਦੀ ਲੋੜ ਨਹੀਂ ਪਵੇਗੀ। ਕੰਮ ਕਿਵੇਂ ਕਰਦਾ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ। ਇਹਦੇ ਵਿੱਚ ਇੱਕ ਛੋਟਾ ਜਿਹਾ ਇੰਡੀਕੇਟਰ ਲੱਗਾ ਹੋਇਆ, ਆਪਾਂ ਤਾਰ ਦੇ ਉੱਪਰ ਹੀ ਲੈ ਕੇ ਜਾਣਾ ਇਸ ਨੂੰ ਇਸ ਤਰ੍ਹਾਂ। ਜਿੱਥੋਂ ਤੱਕ ਬਿਜਲੀ ਦਾ ਕਰੰਟ ਜਾਵੇਗਾ ਉੱਥੋਂ ਤੱਕ ਇਹ ਜਗੇਗਾ, ਜਿੱਥੋਂ ਕਰੰਟ ਬੰਦ ਹੋ ਗਿਆ ਉਸ ਤੋਂ ਬਾਅਦ ਇਹ ਨਹੀਂ ਜਗੇਗਾ। ਠੀਕ ਆ ਜੀ, ਅਤੇ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਂਦੇ ਹਾਂ। ਅਤੇ ਤੁਸੀਂ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਤਾਂ ਕਿ ਇਹ ਹੋਰ ਵੀ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ। ਜੇ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਪਹਿਲੀ ਵਾਰੀ ਆਏ ਹੋ ਤਾਂ ਇਸ ਨੂੰ ਲਾਈਕ ਅਤੇ ਫੋਲੋ ਕਰ ਲਓ ਜੀ, ਇਹੋ ਜਿਹੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ। ਹਾਂਜੀ, ਆਪਾਂ ਇੱਥੇ ਕੇਬਲ ਵਿਛਾ ਲਈ ਆ ਲੰਬੀ। ਚਾਹੇ ਤੁਹਾਡੇ ਕੋਲ ਇਹ 1000 ਫੁੱਟ ਦੀ ਕੇਬਲ ਆ, ਤੁਸੀਂ ਕਰਨਾ ਕੀ ਆ, ਇਹਦੇ ਉੱਪਰ ਹੀ ਇਸ ਤਰ੍ਹਾਂ ਲੈ ਕੇ ਜਾਣਾ ਇਹਨੂੰ। ਆਹ ਦੇਖਿਓ, ਬਸ ਐਂ ਲਈ ਜਾਣਾ। ਠੀਕ ਆ ਜੀ, ਲਈ ਜਾਣਾ ਲਈ ਜਾਣਾ, ਟੱਚ ਨਹੀਂ ਕਰਨਾ। ਬੇਸ਼ੱਕ ਤੁਸੀਂ ਟੱਚ ਵੀ ਕਰ ਲਓ ਪਰ ਤੁਹਾਨੂੰ ਇਸ ਨਾਲ ਕਰੰਟ ਨਹੀਂ ਲੱਗੇਗਾ ਕੋਈ। ਇੱਥੋਂ ਮੈਂ ਕੇਬਲ ਕੱਟ ਦਿੱਤੀ ਆ, ਦੇਖਿਓ ਤੁਸੀਂ, ਅਤੇ ਇਹਨੇ ਇੱਥੇ ਬੰਦ ਹੋ ਜਾਣਾ। ਇਸ ਤੋਂ ਅੱਗੇ ਆ ਦੇਖਿਓ, ਨਹੀਂ ਚੱਲਦਾ ਪਿਆ ਕਿਉਂਕਿ ਇਸ ਕੇਬਲ ਨੂੰ ਫੇਜ ਨਹੀਂ ਮਿਲਦਾ। ਜਿੱਥੋਂ ਤੱਕ ਬਿਜਲੀ ਦਾ ਫੇਜ ਇਸ ਨੂੰ ਮਿਲੇਗਾ ਕੇਬਲ ਨੂੰ, ਉੱਥੋਂ ਤੱਕ ਇਹ ਸਿਗਨਲ ਦੇਵੇਗਾ ਆਪਾਂ ਨੂੰ। ਅਤੇ ਬਹੁਤ ਵਧੀਆ ਡਿਵਾਈਸ ਆ ਜੀ, 20 ਰੁਪਏ ਵਿੱਚ ਤਿਆਰ ਹੋ ਜਾਂਦਾ ਜੇ ਤੁਸੀਂ ਇਹ ਬਣਾਉਣਾ ਚਾਹੁੰਦੇ ਆ। ਅਤੇ ਇਹ ਸਰਕਟ ਡਾਇਆਗ੍ਰਾਮ ਆ, ਵੀਡੀਓ ਪੂਰੀ ਦੇਖੋ ਬਿਨਾਂ ਸਕਿੱਪ ਕੀਤੇ ਤੋਂ, ਅਤੇ ਵੀਡੀਓ ਨਾਲ ਦੀ ਨਾਲ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ, ਅਤੇ ਜੇ ਕਿਸੇ ਨੇ ਬਣਾਉਣਾ ਹੋਵੇ ਤਾਂ ਬਣਾ ਸਕਦਾ। ਸਿੰਪਲ ਜਿਹਾ ਕੰਮ ਆ ਜੀ, ਕੰਮ ਦੀ ਬਹੁਤ ਚੀਜ਼ ਆ। ਕੋਈ ਕੇਬਲ ਖਰਾਬ ਹੋਵੇ, ਕਿਤੋਂ ਤਾਰ ਖਰਾਬ ਹੋਵੇ, ਆਪਾਂ ਨੂੰ ਜੋ ਸਿੱਟਣੀ ਪੈਂਦੀ ਆ ਇਹ ਮਿੰਟੋ ਮਿੰਟ ਹੀ ਦੱਸ ਦਿੰਦੀ ਆ ਵੀ ਕਿੱਥੋਂ ਖਰਾਬ ਆ। ਇਹਦੇ ਵਾਸਤੇ ਸਿਰਫ ਆਪਾਂ ਨੂੰ ਆਹ 4 ਚੀਜ਼ਾਂ ਚਾਹੀਦੀਆਂ ਜੀ, 2 547 ਟ੍ਰਾਂਜਿਸਟਰ, 1 LED ਬੱਲਬ, 1 ਸੈੱਲ। ਸੈੱਲ ਘੱਟੋ ਘੱਟ 3 ਵੋਲਟ ਦਾ ਹੋਵੇ ਜਾਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹ 9 ਵੋਲਟ ਵਾਲੀ ਬੈਟਰੀ ਵੀ ਲਗਾ ਸਕਦੇ ਹੋ। ਅਤੇ ਮੈਂ ਲਿਆ ਜੀ ਇਹ 3.7 ਵੋਲਟ ਵਾਲਾ ਲੈਪਟੋਪ ਦੀ ਬੈਟਰੀ ਵਾਲਾ ਸੈੱਲ, ਕਿਉਂਕਿ ਇਹਦੇ ਵਾਸਤੇ ਮੈਂ ਇਹ ਇੱਕ ਸਰਿੰਜ ਦੀ ਵਰਤੋਂ ਕਰਨ ਲੱਗਾ, ਜੋ ਕਿ ਆਪਾਂ ਪਸ਼ੂਆਂ ਦੇ ਟੀਕੇ ਲਗਾਉਣੇ ਹੁੰਦੇ ਆ, 20 ml ਦੀ ਸਰਿੰਜ ਇਹ ਆਪਾਂ ਲਈ ਆ। ਇਹਦੇ ਵਿੱਚ ਇਹ ਵਾਲਾ ਜੋ ਸੈੱਲ ਨਾ ਪੂਰਾ ਪੂਰਾ ਆ ਜਾਂਦਾ ਇਸ ਤਰ੍ਹਾਂ ਦੇ, ਠੀਕ ਹੈ। ਅਤੇ ਦੂਜਾ ਸਰਿੰਜ ਦਾ ਇਹ ਬੈਨੀਫਿਟ ਆ ਕਿ ਜੋ ਆਪਾਂ ਅੰਟੀਨੇ ਦਾ ਕੰਮ ਲੈਣਾ ਉਹ ਆਪਾਂ ਇਹਦੇ ਤੋਂ ਲੈ ਲਵਾਂਗੇ, ਸੂਈ ਤੋਂ।
ਇਹਦੇ ਵਿੱਚ ਦੀ ਤਾਰ ਕੱਢ ਕੇ ਆਪਾਂ ਇਹਦੇ ਨਾਲ ਜੁਆਇੰਟ ਕਰ ਦੇਵਾਂਗੇ। ਤਾਂ ਕਰਕੇ ਮੈਂ ਇਹ ਸਰਿੰਜ ਲਈ ਆ ਅਤੇ ਇਸ ਕਰਕੇ ਇਹਦੇ ਵਿੱਚ ਆਪਾਂ ਸੈੱਲ ਪਾ ਦੇਣਾ, ਕਿਉਂਕਿ ਆਹ ਆਪਣੇ ਕੋਲ ਜਗ੍ਹਾ ਕਾਫੀ ਆ ਇੱਥੋਂ ਤੱਕ। ਇੱਥੇ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਅਤੇ ਇੰਨੀ ਜਗ੍ਹਾ ਦੇ ਵਿੱਚ ਆਪਾਂ ਇਹ ਸਰਕਟ ਲਗਾ ਦੇਵਾਂਗੇ। ਸਿੰਪਲ ਜਿਹਾ ਸਰਕਟ ਆ, ਕੋਈ ਵੀ ਅਣਜਾਣ ਤੋਂ ਅਣਜਾਣ ਵਿਅਕਤੀ ਆਪਣੀ ਵੀਡੀਓ ਵੇਖ ਕੇ ਇਹ ਬਣਾ ਸਕਦਾ। ਸਰਕਟ ਮੈਂ ਤੁਹਾਨੂੰ ਦਿਖਾਉਣਾ ਕਿ ਕੀ ਆ, ਤੁਸੀਂ ਚੰਗੀ ਤਰ੍ਹਾਂ ਸਮਝ ਲਿਓ। ਨਾਲ ਦੀ ਨਾਲ ਆਪਾਂ ਬਣਾਈ ਚੱਲਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਸਰਕਟ ਵੀ ਸਮਝਾਈ ਚੱਲਾਂਗੇ। ਹਾਂਜੀ, ਆਪਣੇ ਕੋਲ ਆ ਸਰਕਟ ਆ, ਜੋ ਡਰਾਇੰਗ ਬਣਾਈ ਹੋਈ ਆ ਤੁਹਾਨੂੰ ਦਿਖਾਉਣ ਲਈ। ਸਿੰਪਲ ਆ, ਕੋਈ ਵੀ ਅਣਜਾਣ ਤੋਂ ਅਣਜਾਣ ਵਿਅਕਤੀ ਜਿਹਨੂੰ ਬਿਲਕੁਲ ਵੀ ਇਲੈਕਟ੍ਰੋਨਿਕ ਬਾਰੇ ਨਹੀਂ ਪਤਾ, ਉਹ ਇਹ ਡਰਾਇੰਗ ਵੇਖ ਕੇ ਇਹ ਜੋ ਡਿਵਾਈਸ ਆ ਆਪਣਾ ਜੋ ਬਣਾ ਸਕਦਾ। ਇਹਦੇ ਵਿੱਚ 2547 ਟਰਾਂਜਿਸਟਰ ਆ, ਇਹ ਵਾਲੇ ਹੁੰਦੇ ਆ ਜੀ, ਜੋ ਕਿ ਤੁਹਾਨੂੰ 2 ਰੁਪਏ ਦੇ 2 ਮਿਲ ਜਾਣਗੇ। 1 ਰੁਪਏ ਦਾ LED ਬੱਲਬ ਮਿਲ ਜਾਏਗਾ, 3 ਰੁਪਏ ਦਾ ਇਹ ਖਰਚਾ ਹੋ ਗਿਆ। ਅਤੇ ਇੱਕ ਜੇ ਤੁਸੀਂ ਇਹਦੇ ਨਾਲ ਇਹ 9 ਵੋਲਟ ਦੀ ਬੈਟਰੀ ਲਗਾਉਣੀ ਆ ਅਤੇ ਇਹਦਾ ਖਰਚਾ ਤੁਸੀਂ ਲਾ ਲਓ ਹਿਸਾਬ ਵੀ 15 ਰੁਪਈਏ ਆ। 20 ਰੁਪਏ ਦੇ ਵਿੱਚ ਤੁਸੀਂ ਇਹ ਵਧੀਆ ਡਿਵਾਈਸ ਤਿਆਰ ਕਰ ਸਕਦੇ ਆ। ਇਹ ਸਭ ਕੁਝ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ LED ਬਾਰੇ ਦੱਸਣਾ ਚਾਹੁੰਦਾ, ਜੇ ਤੁਹਾਨੂੰ ਨਹੀਂ ਪਤਾ, ਬਿਲਕੁਲ ਅਣਜਾਣ ਆ, ਜੇ ਤੁਸੀਂ ਇਹਦੇ ਬਾਰੇ ਜਾਣਦੇ ਆ ਤਾਂ ਤੁਹਾਨੂੰ ਇਹ ਇੰਨਾ ਹਿੱਸਾ ਦੇਖਣ ਦੀ ਨਹੀਂ ਲੋੜ। ਅਤੇ ਇਹਦੇ ਵਿੱਚ ਤੁਸੀਂ ਦੇਖੋ ਜੀ, 2 ਪਿੰਨਾਂ, 1 ਵੱਡੀ ਪਿੰਨ, 1 ਛੋਟੀ ਹੈ। ਜੋ ਤੁਸੀਂ ਨਵਾਂ LED ਲਿਆਉਣੇ ਆ ਅਤੇ ਇਸ ਵਿੱਚ 2 ਤੁਹਾਨੂੰ ਇਹਦੀਆਂ ਪਿੰਨਾਂ ਵੱਡੀ ਛੋਟੀ ਮਿਲੇਗੀ। ਇਹਦੇ ਤੋਂ ਆਪਾਂ ਨੂੰ ਸਿੱਧਾ ਪਤਾ ਲੱਗਦਾ ਕਿ ਜੋ ਵੱਡੀ ਪਿੰਨ ਆ ਇਹਨੂੰ ਆਪਾਂ ਪਲੱਸ ਭਾਵ ਕੇ ਇਸ ਸਾਈਡ ਤੋਂ ਸਪਲਾਈ ਦੇਣੀ ਆ, ਜੋ ਛੋਟੀ ਆ ਪਿੰਨ ਇਹਨੂੰ ਆਪਾਂ ਇਸ ਸਾਈਡ ਤੋਂ ਸਪਲਾਈ ਦੇਣੀ ਆ। ਠੀਕ ਆ ਜੀ, LED ਇਸ ਤਰ੍ਹਾਂ। ਉਸ ਤੋਂ ਬਾਅਦ ਤੁਸੀਂ ਇੱਥੇ ਦੇਖਿਓ ਕਿ LED ਦੇ ਵਿੱਚ ਮੈਂ 1 ਛੋਟੀ ਪੱਤੀ ਬਣਾਈ, 1 ਵੱਡੀ ਬਣਾਈ ਆ। ਜਿਹੜੀ ਵੱਡੀ ਪੱਤੀ ਆ ਇਹ ਸਾਈਡ ਆ ਜੀ ਇਹਦੀ ਨੈਗੇਟਿਵ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਪਣੇ ਕੋਲ ਨਾ ਪੁਰਾਣਾ LED ਪਿਆ ਹੁੰਦਾ, ਉਹਦੀਆਂ ਲੱਤਾਂ ਕੱਟੀਆਂ ਹੁੰਦੀਆਂ, ਦੋਵੇਂ ਇੱਕੋ ਜਿਹੀਆਂ ਹੁੰਦੀਆਂ, ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਇਹਦਾ ਪਲੱਸ ਅਤੇ ਨੈਗੇਟਿਵ ਕਿਹੜਾ ਵਾ। ਫਿਰ ਇਹਦੀ ਇਹ ਨਿਸ਼ਾਨੀ ਆ, ਤੁਸੀਂ LED ਤਾਂ ਦੇਖੋ, ਚੱਕੋ, ਉਹਦੇ ਵਿੱਚ ਤੁਹਾਨੂੰ ਆਹ ਦੇਖੋਗਾ ਜੀ, 2 ਪੱਤੀਆਂ ਦਿਸਣਗੀਆਂ, 1 ਵੱਡੀ ਪੱਤੀ, 1 ਛੋਟੀ ਆ। ਛੋਟੀ ਪਲੱਸ ਵਾਲੀ ਆ ਅਤੇ ਆਹ ਘਟਾਓ ਵਾਲੀ ਆ। ਇਸੇ ਤਰ੍ਹਾਂ ਹੀ ਜੇ ਇਹ ਵੀ ਨਹੀਂ, ਇਸ ਤੋਂ ਬਾਅਦ ਇੱਕ ਹੋਰ ਵੀ ਹੁੰਦਾ, ਇਹਨੂੰ ਜੇ ਆਪਾਂ ਗੋਲ ਦੇਖਦੇ ਹਾਂ ਨਾ, ਸਾਹਮਣੇ ਰੱਖਦੇ ਹਾਂ, ਅਤੇ ਜਿਹੜੀ ਇਹ ਸਾਈਡ ਹੁੰਦੀ ਆ ਘਟਾਓ ਵਾਲੀ, ਨਿੱਕੀ ਲੱਤ ਵਾਲੀ, ਇਹਦੇ ਇੱਥੋਂ ਕੱਟ ਲੱਗਾ ਹੁੰਦਾ, ਇੱਥੋਂ ਤੁਹਾਨੂੰ ਮੈਂ ਦਿਖਾਉਂ, ਉੱਧਰ ਉਸ ਸਾਈਡ ਕੱਟ ਲੱਗਾ ਹੁੰਦਾ, ਇਹ ਵੀ ਇਹਦੀ ਇੱਕ ਨਿਸ਼ਾਨੀ ਹੁੰਦੀ ਹੈ। ਅਤੇ ਹੁਣ ਤੁਸੀਂ ਇੱਥੇ ਡਰਾਇੰਗ ਦੇਖਿਓ, ਜੋ ਇਹ ਨਿੱਕੀ ਪੱਤੀ ਆ ਪਲੱਸ ਵਾਲੀ ਸਾਈਡ ਆ, ਇਹ ਸਿੱਧੀ ਆਪਾਂ 1 ਨੰਬਰ ਟਰਾਂਜਿਸਟਰ ਦੇ ਸੀ ਭਾਵ ਕਿ 1 ਨੰਬਰ ਪੈੱਨ ਦੇ ਨਾਲ ਜੋੜੀ ਆ ਅਤੇ ਨਾਲ ਹੀ ਪਲੱਸ ਨਾਲ ਜੋੜੀ ਹੋਈ ਆ। ਉਸ ਤੋਂ ਬਾਅਦ ਹੈਗੇ ਆ ਜੀ ਟਰਾਂਜਿਸਟਰ 547। ਜੇ ਤੁਹਾਨੂੰ ਇਹਨਾਂ ਬਾਰੇ ਵੀ ਨਹੀਂ ਪਤਾ, ਮੈਂ ਇੱਥੇ ਦੱਸ ਦੇਣਾ ਚਾਹੁੰਦਾ, ਇਹਦੇ ਉੱਪਰ ਜੋ ਅੱਖਰ ਲਿਖੇ ਹੁੰਦੇ ਆ ਇਹ ਤੁਸੀਂ ਆਪਣੇ ਮੂੰਹ ਵੱਲ ਰੱਖਣੇ ਆ, ਆਪਣੀ ਸਾਈਡ ਰੱਖਣੇ ਆ। ਅਤੇ ਉਸ ਤੋਂ ਬਾਅਦ ਇਹ ਦੇਖਿਓ, ਇਹਦੇ ਉੱਪਰ ਇਹ ਪੂਰਾ ਨਾ ਤਾਂ ਗੋਲ ਹੁੰਦਾ ਅਤੇ ਨਾ ਹੀ ਇਹ ਚੌਰਸ ਹੁੰਦਾ, ਇੱਥੇ ਅੱਧਾ ਚੰਦ ਬਣਿਆ ਹੁੰਦਾ। ਉਸੇ ਤਰ੍ਹਾਂ ਮੈਂ ਇੱਥੇ ਪੂਰਾ ਅੱਧਾ ਚੰਦ ਜਿਹਾ ਬਣਾ ਦਿੱਤਾ। ਠੀਕ ਆ ਜੀ, ਅੱਖਰ ਸਾਹਮਣੇ ਆ ਗਏ। ਇਹਦੀ ਜੋ 1 ਨੰਬਰ ਪੈੱਨ ਆ ਇਹਨੂੰ ਸੀ ਕਲੈਕਟਰ ਕਹਿੰਦੇ ਆ, ਆਹ ਵਾਲੀ ਪੈੱਨ, ਵਿਚਾਲੇ ਵਾਲੀ ਨੂੰ ਬੇਸ ਆ, ਆਹ ਬੇਸ ਹੋ ਗਿਆ, ਆਹ 3 ਨੰਬਰ ਐਮੀਟਰ ਆ। ਹੁਣ ਆਪਾਂ ਕੀ ਕਰਨਾ, ਆਹ ਦੇਖਿਓ ਤੁਸੀਂ ਇੱਥੇ, ਇਹਦੀ ਜੋ ਸੈਂਟਰ ਵਾਲੀ ਪੈੱਨ ਆ, ਜੋ ਇਹ ਸੈਂਟਰ ਵਾਲੀ ਪੈੱਨ ਇਹਨੂੰ ਆਪਾਂ ਇਹਦੇ ਨਾਲ ਅਟੈਚ ਕਰ ਦਿਆਂਗੇ, ਅਤੇ ਇਹ ਐਂਟੀਨਾ ਬਣ ਗਿਆ। ਜੋ ਇਸਦੀ 3 ਨੰਬਰ ਪੈੱਨ ਆ ਇਹ ਵਾਲੀ, ਇਹਨੂੰ ਆਪਾਂ ਦੂਜੇ ਦੇ ਸੈਂਟਰ ਵਾਲੀ ਪੈੱਨ ਨਾਲ ਜੋੜ ਦੇਵਾਂਗੇ। ਠੀਕ ਆ ਜੀ, ਉਸ ਤੋਂ ਬਾਅਦ ਜੋ ਦੂਜੇ ਦੀ ਤੀਸਰੀ ਪੈੱਨ ਆ ਇਹਨੂੰ ਆਪਾਂ ਇਹਦੇ ਨਾਲ ਜੋੜਾਂਗੇ, ਆਹ ਵਾਲਾ ਜੋ ਸੈੱਲ ਆ ਇਹਦੀ ਘਟਾਓ ਦੇ ਨਾਲ, ਜਾਂ ਤੁਹਾਡੇ ਕੋਲ ਜਿਹੜੀ ਬੈਟਰੀ ਆ ਇਹਦੇ ਮਾਈਨਸ ਦੇ ਨਾਲ। ਠੀਕ ਆ ਜੀ, ਅਤੇ ਆਹ ਦੇਖ ਲਓ ਜੀ, ਇਸ ਤਰ੍ਹਾਂ ਜੋੜ ਦਿੱਤੀ, ਅਤੇ ਆਪਾਂ ਇਹਨੂੰ ਸੋਲਡਰ ਕਰ ਦਈਏ ਤਾਂ ਕਿ ਖੁੱਲ੍ਹ ਨਾ ਜਾਵੇ। ਠੀਕ ਆ ਜੀ, ਓਕੇ। ਅਤੇ ਤੁਸੀਂ ਵੀਡੀਓ ਸਕਿੱਪ ਨਾ ਕਰਿਓ, ਨਹੀਂ ਤੁਹਾਨੂੰ ਇੱਕ ਵੀ ਚੀਜ਼ ਸਕਿੱਪ ਕਰ ਦਿੱਤੀ ਤਾਂ ਮੁਸ਼ਕਲ ਹੋ ਜਾਵੇਗਾ, ਬਾਅਦ ਦੇ ਵਿੱਚ ਸਰਕਟ ਇਹ ਚੱਲਣਾ ਨਹੀਂ। ਹੁਣ ਜਿਹੜੀ ਇਹਦੀ
पहली पेन आ वाली आ देखो तुसी इत्थे पहली पेन ये तुसी देखो कि इहदे नाल जोड़ी हुई आ इंडीकेटर दे प्लस दे नाल ते आपां इहनू प्लस दे नाल लगा दित्ती इत्थे लो जी इंडीकेटर की दूजी पेन आपां दूसरे दे कलैक्टर दे नाल जोड़ देवांगे ते अपना यह सर्किट आ तैयार इत्थे आपां इस पेन नू दे देवांगे घटाओ तो इत्थे जो इंडीकेटर वाली पेन है इनू दे देवांगे प्लस। हाँ जी इस तरह हो गया जी। उस तो बाद मैं इत्थे इंडीकेटर लगाया जी छोटा लाल तो इनू आपां सप्लाई दिंदे आ तो उस तो पहला इत्थों दी आपां इक तार कढ लगे तां कि वह एंटीने का काम करे जिहड़ी अपनी यह तार सी इनू आपां बेस तो यह एंटीने वास्ते लगा दित्ती आ तार इनू आपां सरंज वाइज की इस तरह कढ देंगे ठीक है जी। उस तो पहला आपां इहदा जो नैगेटिव आ ते पॉजिटिव आ वह जोड़ दिए सैल नू मैं इत्थे इत्थों छिल के ते नैगेटिव लगा दित्ती आ इत्थों पॉजिटिव लगा दित्ती आ हुण जिहड़ी नैगेटिव आपां इहदे लगाउणी आ एमिटर दे नाल आपां इह थोड़ी पेन कट लगे छोटी कर लगे तां कि कोई प्रॉब्लम ना आवे बाद दे विच शॉर्ट सर्किट ना होवे ते लो जी तीन नंबर पेन आ देखो आपां नैगेटिव लगा दित्ती ते जिहड़ी इह वाली आ इहनू एक नंबर पेन नू आपां प्लस लगा देवांगे हाँ जी। हाँ देखो सर्किट काम भी कर लग गया इतों मैं तार छिलदा वा जो मैं इतों टच करूँगा आ देखो जगता पिया हुण आपां इहनू एक बार चैकिंग वास्ते इत्थे आ काविया पिया मेरे को काविए की तार के उपर ही लगा के देखते हैं आ देखो जी चलता पिया ठीक है जी काविए की तार के उपर ही यह जगदा पिया बल्ब तो इनू आप थोड़ी इतने गम लगा दिए ता कि यह शॉर्ट सर्किट ना हो जाए हम आप सर्किट में पा दिए लो जी ओके हो गया तो इत्थे जिहड़ी आपां सूई लगाउणी सी वह लगा दिंदे आ अगली सूई इहदे विच दी तार लंघ निकल जूगी हाँ जी ते इत्थे आपां इहनू सोल्डर कर दिंदे तार नू इत्थे सोल्डर कर दिंदे आ उस तो बाद आपां इहनू इत्थे गम लगा दईए तां कि सैल बाहर ना डिगे थोड़ी लगा दिंदे आ तुसीं इस दी जगह बैटरी भी लगा सकदे आ दो सैल भी लगा सकदे आ हुण आपां तुहानूं चैक करके दिखाउणे आ जी इहनू इत्थे अपने कोले पावर सप्लाई चलदी पई आ इहदे विच जिहड़े विच फेज होया उत्थे इह चलूगा जिवें आपां तार दे नेड़े करांगे यह जगदा जाएगा जिथों तक तार तुहाडी सही हुई उत्थों तक जगेगा जिथे तार दे विच फाल्ट होया उत्थे ही इहने बंद हो जाना।